ਅਸਲਾਮ ਵਾਲੇਕਮ, ਕੀ ਹਾਲ ਚਾਲ ਹੈ? ਸਾਰੀ ਬਾਈਆਂ ਠੀਕ ਹੋ? ਇਹ ਸਾਹਮਣੇ ਇੰਡੀਆ ਦੀ ਜ਼ੀਰੋ ਲਾਈਨ ਹੈ, ਪਾਕਿਸਤਾਨ ਇੰਡੀਆ ਜ਼ੀਰੋ ਲਾਈਨ ਬਾਰਡਰ, ਇਹ ਤਾਰਾਂ ਇੰਡੀਆ ਦੀਆਂ ਹਨ। ਸਾਹਮਣੇ ਟੈਂਕੀ ਵੀ ਇੰਡੀਆ ਦੀ ਹੈ। ਇਹ ਜੋ ਘਰ ਨਜ਼ਰ ਆ ਰਹੇ ਨੇ ਪਾਕਿਸਤਾਨ ਦੇ ਹਨ, ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਹਨ ਦੇ ਇੰਡੀਆ ਦੀ ਪਾਕਿਸਤਾਨ ਜ਼ੀਰੋ ਲਾਈਨ ਬਾਰਡਰ ਦੇ ਉੱਤੇ ਬਿਲਕੁਲ। ਚੱਲ ਤੁਹਾਨੂੰ ਇੱਧਰ ਤਾਰਾਂ ਦਿਖਾਉਂਦੇ ਹਾਂ। ਚੈੱਕ ਪੋਸਟ ਹੈਗੀ ਪਾਕਿਸਤਾਨ ਦੀ। ਇਹ ਸਾਹਮਣੇ ਬਿਲਕੁਲ ਬੋਰਡ ਲੱਗਾ ਹੋਇਆ ਜ਼ੀਰੋ ਲਾਈਨ ਦੇ। ਇਹ ਸਾਹਮਣੇ ਤਾਰਾਂ ਇੰਡੀਆ ਦੀਆਂ ਬਾਰਡਰ ਦੇ ਬਿਲਕੁਲ ਕਰੀਬ ਹਨ, ਬਿਲਕੁਲ ਤਕਰੀਬਨ ਮੈਂ ਇੱਕ ਖਲਾਂ ਤਕਰੀਬਨ ਕਿੱਲੇ ਦੀ ਕਿੱਲਾ ਇੱਕ ਕਿੱਲਾ ਦੂਰ ਹੈ ਜ਼ਮੀਨ ਦਾ। ਠੀਕ ਹੈ, ਸਾਹਮਣੇ ਬਿਲਕੁਲ ਜ਼ੀਰੋ ਲਾਈਨ ਦੀਆਂ ਤਾਰਾਂ ਨਜ਼ਰ ਆ ਰਹੀਆਂ ਨੇ ਹਿੰਦੁਸਤਾਨ ਦੀਆਂ ਤੋੜ ਇੰਡੀਆ ਦੀ ਹੈ। ਸਾਹਮਣੇ ਅੱਗੇ ਗੇਟ ਆਵੇਗਾ, ਉਹ ਗੇਟ ਹੈਗਾ ਜਿਹੜਾ ਇੰਡੀਆ ਦੇ ਲੋਕ ਵਗੈਰਾ ਜਾਂ BSF ਦੇ ਫੌਜੀ ਨਾਂਦੇ ਹੋਰਾਂ ਲੱਗਦੇ ਨੇ। ਸਾਹਮਣੇ ਟੈਂਕੀ ਹਿੰਦੁਸਤਾਨ ਦੀ ਹੈ, ਇਸ ਤੋਂ ਮੇਰਾ ਖਿਆਲ ਹੈ ਫਾਜ਼ਿਲਕਾ ਹੈਗਾ ਨਾ ਸ਼ਹਿਰ, ਉਹ ਸਾਹਮਣੇ ਹੈਗਾ ਇੱਥੇ ਬਿਲਕੁਲ। ਇੱਕ ਸੁਰੰਗ ਆਉਂਦੀ ਇੰਡੀਆ ਦੀ ਪਾਕਿਸਤਾਨ ਨੂੰ ਸੁਰੰਗ ਬਣਨ ਦੀ ਜ਼ਿਆਦਾ ਔਰ ਨੇੜੇ ਲੱਗਦੀ ਹੈ। ਦੇਖਦੇ ਚੱਲੋ, ਸਾਹਮਣੇ BSF ਦਾ ਫੌਜੀ ਵੀ ਬੈਠਾ ਹੈਗਾ ਇੰਡੀਆ ਦਾ। ਸਾਹਮਣੇ ਇੰਡੀਆ ਦੇ ਲੋਕ ਕੰਮ ਕਾਰ ਵੀ ਆਪਣਾ ਜ਼ਮੀਨ ਦਾ ਕਰ ਰਹੇ ਨੇ। ਇਹ ਵੀ ਪਾਕਿਸਤਾਨ ਵਾਲਿਆਂ ਦੀ ਐਨ ਦੇ ਘਰ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਹੈਗੇ ਨੇ ਇਹਦੇ। ਇਹ ਬੁਰਜੀ ਜ਼ੀਰੋ ਲਾਈਨ ਦੇ ਉੱਤੇ, ਬੁਰਜੀ ਦੇ ਉੱਪਰ ਪਾਕਿਸਤਾਨ ਇੰਡੀਆ ਹੈਗਾ, ਉਰਲੀ ਸਾਈਡ 'ਤੇ ਪਾਕਿਸਤਾਨ ਹੈਗਾ। ਸਾਹਮਣੇ ਇੰਡੀਆ ਦਾ ਕੋਈ ਗਾਉਂ ਨਾ ਪਤਾ ਨਹੀਂ ਕੌਣ ਕਿਹੜਾ ਕਿਹੜੇ ਨਾਮ ਦਾ ਨਹੀਂ ਪਤਾ। ਸਾਹਮਣੇ ਤੁਹਾਨੂੰ ਟੈਂਕੀ ਨਜ਼ਰ ਆ ਰਹੀ ਹੈ ਨਾ, ਇਹ ਟੈਂਕੀ ਵੈਸੇ ਵੀ ਤੁਹਾਨੂੰ ਨਜ਼ਰ ਆਵੇਗੀ ਮੰਗੇ ਵਾਲੀ ਸਾਈਡ ਤੋਂ, ਪਾਰ ਤੋਂ ਮੰਗਾ ਹੈ ਨਾ ਜਿਹੜਾ ਅਸੀਂ ਦਿੰਦਾ ਉਹ ਸਾਈਡ ਤੋਂ ਤੁਹਾਨੂੰ ਟੈਂਕੀ ਵੀ ਉੱਥੋਂ ਨਜ਼ਰ ਆਵੇਗੀ। ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਖਲਿਆ।
ਗੱਲ ਆਉਂਦੀ ਓਪੀ 'ਚ ਬੰਦਾ ਨਹੀਂ ਹੈਗਾ, ਰੇਫਨ ਬੰਦਾ ਫੌਜੀ ਨਹੀਂ ਹੈਗਾ।